ਸਾਸ੍ਰੀਕਾਲ ਮੈਂ ਹਾਂ ਨੀਹਾ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਪ੍ਰਵਾਸੀ ਟੀਵੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਉੱਤਰਾਖੰਡ ਵਿੱਚ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਵਿਖੇ ਸਾਲ 2023 ਦੀ ਯਾਤਰਾ ਅੱਜ 11 ਅਕਤੂਬਰ ਨੂੰ ਸੰਪੂਰਨ ਹੋ ਗਈ ਹੈ ਇਸ ਦੌਰਾਨ ਹੋਏ ਸਮਾਗਮ ਵਿੱਚ ਸ਼ਮੂਲੀਤ ਕਰਨ ਲਈ ਸੰਗਤ ਵਿੱਚ ਭਾਰੀ ਉਤਸ਼ਾਹ ਰਿਹਾ ਤੇ ਦੇਸ਼ ਵਿਦੇਸ਼ ਦੀ ਸੰਗਤ ਨੇ ਹਾਜ਼ਰੀ ਭਰੀ ਇਸ ਮੌਕੇ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਦੇ ਪ੍ਰਧਾਨ ਨਰਿੰਦਰ ਜੈ ਸਿੰਘ ਬਿੰਦਰਾ ਮੁੱਖ ਮੈਨੇਜਰ ਸੇਵਾ ਸਿੰਘ ਤੇ ਮੈਨੇਜਰ ਗੁਰਨਾਮ ਸਿੰਘ ਸਮੇਤ ਕਈ ਧਾਰਮਿਕ ਸਖਸ਼ੀਅਤਾਂ ਵੀ ਪਹੁੰਚੀਆਂ ਧਿਆਨ ਰੱਖੇ ਕਿ 20 ਮਈ 2023 ਨੂੰ ਆਰੰਭ ਹੋਈ ਯਾਤਰਾ ਇਸ ਵਾਰ ਇੱਕ ਦਿਨ ਵਧਾ ਕੇ 11 ਅਕਤੂਬਰ ਤੱਕ ਕੀਤੀ ਗਈ ਸਾਲ 2022 ਦੀ ਯਾਤਰਾ ਵਿੱਚ 235000 ਦੇ ਕਰੀਬ ਸ਼ਰਧਾਲੂਆਂ ਨੇ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕੀਤੇ ਸਨ ਜਦਕਿ ਇਸ ਸਾਲ 185000 ਦੇ ਕਰੀਬ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਜੇਕਰ ਇਹ ਕਹੇ ਕਿ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਅਤੇ ਵਿਦੇਸ਼ਾਂ ਵਿੱਚੋਂ ਸੰਗਤ ਪਹੁੰਚਦੀ ਹੈ ਪੰਜਾਬ ਵਿ ਸਤਲੁਜ-ਜਮਨਾ ਲਿੰਕ ਨਹਿਰ ਦੇ ਮੁੱਦੇ ਤੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਲੰਗੇਕਾਰ ਸ਼ੋਮਣੀ ਅਕਾਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੈਲੰਜ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਦੇ ਘਰ ਦੇ ਬਾਹਰ ਕੁਰਸੀ ਲਗਾ ਕੇ ਪਰਦਰਸ਼ਨ ਕੀਤਾ ਤੇ ਉਹਨਾਂ આરોਪ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਬਹਿਸ ਤੋਂ ਡਰ ਕੇ ਮੱਧ ਪ੍ਰਦੇਸ਼ ਭੱਜ ਗਏ ਪਰੰਤੂ ਅੱਜ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਇਸ ਦਾ ਜਵਾਬ ਦਿੱਤਾ ਹੈ ਉਹਨਾਂ ਟਵੀਟ ਕਰਕੇ ਕਾਂਗਰਸ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਨਿਸ਼ਾਨਾ ਸਾਧਿਆ ਉਹਨਾਂ ਟਵੀਟ ਵਿੱਚ ਲਿਖਿਆ ਕਿ ਸੁਨੀਲ ਜਾਖੜ ਸੁਖਬੀਰ ਬਾਦਲ ਪ੍ਰਤਾਪ ਬਾਜਵਾ ਰਾਜਾ ਵੜਿੰਗ ਕੋਈ ਥੋੜੀ ਬਹੁਤ ਸ਼ਰਮ ਦੀ ਚੀਜ਼ ਕਰੋ ਲੈ ਕੇ ਨਿਕਲ ਦਿਓ ਜਾਂ ਨਹੀਂ ਐਸਵਾਈਐਲ ਨਹਿਰ ਦਾ ਚਾਂਦੇ ਦੀ ਕਹੀ ਨਾ ਟੱਕ ਲਗਾਉਣ ਦੇ ਸਮੇਂ ਦੀ ਫੋਟੋ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬਲਰਾਮ ਜਾਖੜ ਵੀ ਖੜੇ ਹਨ ਉਹਨਾਂ ਆਪਨੇ ਟਵੀਟ ਵਿੱਚ ਅੱਗੇ ਲਿਖਿਆ ਕਿ ਹਰਿਆਣਾ ਦੇ ਉਸ ਸਮੇਂ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਵਿਧਾਨ ਸਭਾ ਵਿੱਚ SYL ਨਹਿਰ ਦਾ ਸਰਵੇ ਕਰਵਾਉਣ ਦੇ ਲਈ ਆਗਿਆ ਦੇਣ ਤੇ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ ਕੀਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਚੈਲੰਜ ਕਰਦੇ ਹੋਏ ਲਿਖਿਆ ਕਿ ਉਹ ਗੁਰੂਗ੍ਰਾਮ ਸਥਿਤ ਹੋਟਲ ਉਬਰਾਏ ਦੀ ਫਰਦ ਨਾਲ ਲੈ ਕੇ ਆਉਣ ਉਹਨਾਂ ਕਿਹਾ ਕਿ ਜਿੱਥੇ ਤੱਕ ਪੰਜਾਬ ਦੇ ਪਾਣੀਆਂ ਦੀ ਰਾਖੀ ਦਾ ਸਵਾਲ ਹੈ ਉਸ ਦੀ ਸਮੂਹ ਵਿਰੋਧੀ ਧਿਰਾਂ ਫਿਕਰ ਨਾ ਕਰਨ ਪੰਜਾਬ ਆਸ਼ਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਨਵੰਬਰ ਨੂੰ ਚੰਡੀਗੜ੍ਹ ਦੇ ਟੇਗੋਰ ਥੀਏਟਰ ਵਿਖੇ ਵਿਰੋਧ ਦੇ ਟੀ ਰਾਣਾ ਰੱਖੀ ਖੁੱਲੀ ਬਹਿਸ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਚੰਡੀਗੜ੍ਹ ਵਿਖੇ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਕੋਈ ਥੀਏਟਰ ਆਰਟਿਸਟ ਨਹੀਂ ਤੇ ਥੀਏਟਰ ਵਿੱਚ ਜਾ ਕੇ ਕਾਮੇਡੀਆਂ ਹੁੰਦੀਆਂ ਹਨ ਇਸ ਲਈ ਮੈਂ ਟੇਗੋਰ ਥੀਏਟਰ ਵਿੱਚ ਨਹੀਂ ਜਾਵਾਂਗਾ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਾਨੂੰ ਇੱਕ ਮਸਲਾ ਤਾਂ ਦੱਸੇ ਕਿ ਆਖਿਰ ਖੁੱਲੀ ਬਹਿਸ ਕਿਸ ਮਸਲੇ ਤੇ ਹੋ ਰਹੀ ਹੈ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹਨਾਂ ਨੇ ਬਹਿ ਖਣੀ ਹੈ ਤਾਂ ਫਿਰ ਮੁੱਖ ਮੰਤਰੀ ਉਹਨਾਂ ਨਾਲ ਅਬੋਹਰ ਚੱਲਣ ਕਿਉਂਕਿ ਜੇਕਰ ਪਾਣੀਆ ਸੰਬੰਧੀ ਕੋਈ ਫੈਸਲਾ ਆਉਂਦਾ ਹੈ ਤਾਂ ਇਸ ਦਾ ਸਭ ਤੋਂ ਵੱਧ ਅਸਰ ਅਬੋਹਰ ਇਲਾਕੇ ਤੇ ਪਵੇਗਾ ਉਹਨਾਂ ਕਿਹਾ ਕਿ ਅਸੀਂ ਟੇਲ ਤੇ ਬੈਠੇ ਹਾਂ ਅਸੀਂ ਬਹਿਸ ਤੋਂ ਨਹੀਂ ਭੱਜਦੇ ਪਰੰਤੂ ਨਾਟਕੀਆਂ ਤੋਂ ਭੱਜਦੇ ਹਾਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਦਾ ਖਿਆਲ ਰੱਖ ਕੇ ਸ਼ਬਦਾਵਲੀ ਦੀ ਵਰਤੋਂ ਕਰਨੀ ਚਾਹੀਦੀ ਹੈ ਜਦਕਿ ਉਹ ਸੱਤ ਦੇ ਨਸ਼ਾ ਵਿੱਚ ਆ ਕੇ ਗਲਤ ਬਿਆਨਬਾਜ਼ੀ ਕਰ ਰਹੇ ਹਨ ਐਸਵਾਈਐਲ ਦੇ ਮੁੱਦੇ ਤੇ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਜਿਸ ਸਮੇ ਇਹ ਸਮਝੌਤਾ ਹੋਇਆ ਸੀ ਉਸ ਸਮੇ ਪੰਜਾਬ ਕੋਲ ਕਿੰਨਾ ਪਾਣੀ ਸੀ ਤੇ ਅੱਜ ਪੰਜਾਬ ਕੋਲ ਕਿੰਨਾ ਪਾਣੀ ਹੈ ਇਸ ਮੁੱਦੇ ਤੇ ਵੀ ਗੱਲਬਾਤ ਹੋਣੀ ਚਾਹੀਦੀ ਹੈ। ਅਸੀਂ ਟੇਨ ਤੇ ਬੈਠੇ ਹਾਂ। ਕਹਿੰਦੇ ਨਾ ਚਿੜੀ ਚੌਂਚ ਬਰ ਲੈ ਗਈ, ਨਦੀ ਨੇ ਘਟਿਓ ਆਪਣੀ ਰਾਸ਼ੀ ਕਹਿੰਦੇ ਨਹੀਂ ਘਟਦਾ ਸਾਬ, ਨੀਰ ਘਟਦਾ ਹੈ। ਇੱਕ ਚੌਂਚ ਵੀ ਲੈਦੇ ਜਾਂਦੇ ਸਾਦਾ ਘਟਦਾ ਹੈ। ਜਿਹੜਾ ਪਾਣੀ ਇਸ ਵਜ੍ਹਾ ਤੇ ਥਰੂ ਜਾਊਗਾ ਉਹ ਇੱਥੇ ਤੇ ਜਾ ਕੇ ਉਹਦੀ ਮਾਰਕੂਸੀ ਉਹ ਹੋਰ ਇਲਾਕੇ ਦੇ ਅੰਦਰ ਬੱਲੁਆਣਾ ਇਲਾਕੇ ਦੇ ਅੰਦਰ ਉੱਥੇ ਜਾ ਕੇ ਵਦਣਾ ਆਓ ਉੱਥੇ ਕਰੀਏ ਚਲੋ ਆਓ ਉੱਥੇ ਚਲੀਏ ਉੱਥੇ ਰੱਖਦੇ ਆ ਸਭ ਉੱਥੇ ਸਾਰਿਆਂ ਨੂੰ ਯੋਧਾ ਦੇ ਦਿੰਦੇ ਆ ਖੁੱਲੀ ਗੱਲ ਕਰਦੇ ਆ ਅਸੀਂ ਡਿਫਰਟ ਤੋਂ ਨਹੀਂ ਪੈਂਦੇ ਸਾ ਨਟਕੀਆਂ ਤੋਂ ਅਸੀਂ ਚੱਲੂ ਹਾਂ ਕਿ ਸਾਨੂੰ ਚੁਟਕਲੇ ਬਣਾਣੇ ਨਹੀਂ ਆ ਤੇ ਸਾਨੂੰ ਨਟਕੀ ਕਰਨੀ ਨਹੀਂ ਆ ਵੀ ਟਰੈਵਲ ਏਜੰਟਾਂ ਦੀ ਧੋਖਾਧੜੀ ਕਰਕੇ ਅਰਬ ਦੇਸ਼ਾਂ ਵਿੱਚ ਫਸੀਆਂ ਪੰਜਾਬ ਦੀਆਂ 16 ਲੜਕੀਆਂ ਵਾਪਸ ਘਰ ਪਰਤਾਈਆਂ ਹਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਦੀਆਂ ਲਗਾਤਾਰ ਕੋਸ਼ਿਸ਼ਾਂ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ 1 ਮਹੀਨੇ ਵਿੱਚ 17 ਲੜਕੀਆਂ ਨੂੰ ਮਸਕਟ, ਓਮਾਨ ਅਤੇ ਇਰਾਕ ਵਿੱਚੋਂ ਸੁਰੱਖਿਅਤ ਵਾਪਸ ਲਿਆਂਦਾ ਗਿਆ ਅਰਬ ਦੇਸ਼ਾਂ ਵਿੱਚ ਇਹ ਲੜਕੀਆਂ ਪਿਛਲੇ 6-7 ਮਹੀਨਿਆਂ ਤੋਂ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਈਆਂ ਸਨ ਇਹ ਵੀ ਦੱਸਿਆ ਗਿਆ ਕਿ ਹੁਣ ਤੱਕ ਸੰਤ ਬਲਬੀਰ ਸਿੰਘ ਸਿਚੇਵਾਲ ਦੇ ਯਤਨਾਂ ਨਾਲ ਅਰਬ ਦੇਸ਼ਾਂ ਤੋਂ ਵਾਪਸ ਲਿਆਂਦੀਆਂ ਗਈਆਂ ਲੜਕੀਆਂ ਦੀ ਗਿਣਤੀ 48 ਤੱਕ ਪਹੁੰਚ ਗਈ ਹੈ ਇਹਨਾਂ ਲੜਕੀਆਂ ਨੂੰ ਅਰਬ ਦੇਸ਼ਾਂ ਵਿੱਚ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਇਹ ਘਰ ਵਾਪਸ ਪੜ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ ਘਰ ਪਰਤੀਆਂ ਇਹਨਾਂ ਲੜਕੀਆਂ ਵਿੱਚੋਂ ਇੱਕ ਲੜਕੀ ਝਾਰਖੰਡ ਦੀ ਹੈ ਤੇ ਬਾਕੀ 16 ਲੜਕੀਆਂ ਪੰਜਾਬ ਨਾਲ ਸੰਬੰਧਿਤ ਹਨ ਇਹਨਾਂ ਵਿੱਚੋਂ ਤਿੰਨ ਲੜਕੀਆਂ ਨੇ ਨਿਰਮਲ ਕੁਟਿਆ ਸੁਲਤਾਨਪੁਰ ਲੋਧੀ ਪਹੁੰਚ ਕੇ ਆਪਣੀ ਦਰਦ ਦੀ ਕਹਾਣੀ ਦੱਸੀ ਨਵਾਂ ਸ਼ਹਿਰ ਅੰਮ੍ਰਿਤਸਰ ਅਤੇ ਮੁਹਾਲੀ ਜ਼ਿਲ੍ਹੇ ਨਾਲ ਸੰਬੰਧਿਤ ਇਹਨਾਂ ਲੜਕੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਦਾ ਧੰਨਵਾਦ ਕੀਤਾ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਮਸਕਟ ਅਤੇ ਇਰਾਕ ਵਰਗੇ ਦੇਸ਼ਾਂ ਵਿੱਚ ਨਾ ਭੇਜਣ ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਹੋਰਾਂ ਨੇ ਇਹਨਾਂ ਲੜਕੀਆਂ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਸੰਕਟ ਦੀ ਘੜੇ ਵਿੱਚ ਉਹਨਾਂ ਦੇ ਨਾਲ ਖੜੇ ਹਨ ਸੰਤ ਸਿਚੇਵਾਲ ਨੇ ਇਸ ਕਾਜ ਲਈ ਵਿਦੇਸ਼ ਮੰਤਰੀ ਤਾਲੇ ਅਤੇ ਭਾਰਤੀ ਦੂਤਾਵਾਸਤੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਡਾਕਟਰ ਸਰਬਜੋਤ ਸਿੰਘ ਬਹਿਲ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ ਮਹਿੰਗੀ ਪੈ ਗਈ ਹੈ ਇਸ ਦੇ ਚੱਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰ ਸਰਬਜੋਤ ਸਿੰਘ ਬਹਿਲ ਕੋਲ ਅਕੈਡਮਿਕ ਮਾਮਲਿਆਂ ਦੇ ਡੀਨ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਗਈ ਹੈ ਹੁਣ ਇਸ ਔਰਤੇ ਬਿਕਰਮਜੀਤ ਸਿੰਘ ਬਾਜਵਾ ਨੂੰ ਨਿਯੁਕਤ ਕਰ ਦਿੱਤਾ ਗਿਆ ਡਾਕਟਰ ਬਹਿਲ ਯੂਨੀਵਰਸਿਟੀ ਦੇ ਆਰਕੀਟੈਕ ਵਿਭਾਗ ਦੇ ਹੈੱਡ ਦੇ ਤੌਰ ਤੇ ਕੰਮ ਕਰ ਰਹੇ ਸਨ ਦਸਨਯੋਗ ਹੈ ਕਿ ਕੁਐਸਚਨ ਪਹਿਲਾ ਰਾਹੁਲ ਗਾਂਧੀ ਅੰਮ੍ਰਿਤਸਰ ਪਹੁੰਚੇ ਸਨ ਜਿਸ ਦੌਰਾਨ ਰਾਹੁਲ ਦੇ ਨਾਲ ਡਾਕਟਰ ਸਰਬਜੋਤ ਸਿੰਘ ਬਹਿਲ ਹੀ ਰਹੇ ਸਨ ਤੇ ਕਾਂਗਰਸ ਪਾਰਟੀ ਦਾ ਕੋਈ ਵੀ ਆਗੂ ਰਾਹੁਲ ਦੇ ਨਾਲ ਨਹੀਂ ਸੀ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਡਾਕਟਰ ਬਹਿਲ ਵੱਲੋਂ ਆਪਣਾ ਇਹ ਅਹੁਦਾ ਖੁਦ ਛੱਡਿਆ ਗਿਆ ਜਾਂ ਉਹਨਾਂ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਗਿਆ ਇਸ ਬਾਰੇ ਯੂਨੀਵਰਸਿਟੀ ਵੱਲੋਂ ਕੁਝ ਵੀ ਨਹੀਂ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਕੌਮਿਕ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪ ਵਿਧਾਇਕਾ ਦੇ ਹੱਕ ਵਿੱਚ ਨਿਤਰਾਈ ਹਨ ਦਿੱਲੀ ਵਿਖੇ মিডিਏ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾ ਖਿਲਾਫ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ 170 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 140 ਕੇਸਾਂ ਦਾ ਫੈਸਲਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਇਆ ਹੈ ਉਨਾ ਕਹਿਆ ਕਿ ਪਿਛਲੇ 2 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਨੇ ਸਾਡੇ ਮੰਤਰੀਆਂ ਅਤੇ ਸੀਨੀਅਰ ਆਗੂਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਲੰਘੇ ਦਿਨੀ ਉਨ੍ਹਾਂ ਨੇ ਸੰਜੇ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਆਗੂ ਅਮਨਤੁੱਲਾ ਖਾਨ ਦੀ ਰਿਹਾਈ 'ਤੇ ਛਾਪੇ ਮਾਰੀ ਵੀ ਕੀਤੀ ਪਰੰਤੂ ਕੁਝ ਵੀ ਬਰਾਮਦ ਨਹੀਂ ਹੋਇਆ ਇਹ ਮਾਮਲੇ ਵੀ ਅਦਾਲਤ ਵਿੱਚ ਹਨ ਇਸ ਲਈ ਮੈਂ ਜ਼ਿਆਦਾ ਨਹੀਂ ਬੋਲਾਂਗਾ ਪਰੰਤੂ ਮਨੀਸ਼ ਸਿਸੋਦੀਆ ਦੇ ਕੇਸ ਦੀ ਪਿਛਲੀ ਸੁਣਵਾਈ ਤੇ ਜੱਜ ਨੇ ਵਾਰ-ਵਾਰ ਕਿਹਾ ਕਿ ਕੋਈ ਸਬੂਤ ਦਿਓ ਪਰੰਤੂ ਇਹਨਾਂ ਕੋਲ ਜੇਲ੍ਹ ਵਿੱਚ ਬੰਦ ਮਨੀਸ਼ ਸਿਸੋਦੀਆ ਖਿਲਾਫ ਇੱਕ ਵੀ ਸਬੂਤ ਨਹੀਂ ਸੀ जिसका मतलब है कि यह पूरा मामला फर्जी है कल अमानतुल्ला खान के यहाँ ईडी की रेड हुई ये कोई पहला मौका नहीं है जब प्रधानमंत्री जी ने आम आदमी पार्टी के नेताओं पर रेड कराई है जब से हमारी सरकार बनी है दिल्ली के अंदर प्रधानमंत्री मोदी जी की पूरी कोशिश है पूरी पूरी कोशिश है कि, कि किसी भी तरह से आम आदमी पार्टी को कुचल दिया जाए खत्म कर दिया जाए जैसे हमारी सरकार बनी 2015 में 2016 में इन्होंने शुंगलू कमेटी बिठाई शुंगलू कमेटी ने हमारी दिल्ली सरकार के तब तक जितने काम किए थे 400 फाइल मंगाई 400 सौ साढ़े चार फाइलें मंगाई सारी फाइलें बड़े बड़े अफसरों ने बैठ के जांच करी और एक पैसे का नए पैसे का भी घोटाला नहीं निकला ਚੌਣ ਕਮਿਸ਼ਨ ਰਾਜੀਵ ਕੁਮਾਰ ਨੇ ਅੱਜ ਰਾਜਸਥਾਨ ਵਿਧਾਨ ਸਭਾ ਲਈ ਪਾਈਆਂ ਜਾਣ ਵਾਲੀਆਂ ਵੋਟਾਂ ਦੀ ਤਰੀਕ ਬਦਲ ਦਿੱਤੀ ਹੈ Rajasthan ਵਿੱਚ ਹੁਣ ਆਉਂਦੀ 25 ਨਵੰਬਰ 2023 ਨੂੰ ਵੋਟਾਂ ਪਾਈਆਂ ਜਾਣਗੀਆਂ ਤੇ ਚੋਣ ਨਤੀਜੇ 3 ਦਸੰਬਰ ਨੂੰ ਆਣਗੇ ਇਸ ਤੋਂ ਪਹਿਲਾਂ 23 ਨਵੰਬਰ 2023 ਨੂੰ Rajasthan ਵਿੱਚ ਵੋਟਾਂ ਪੈਣੀਆਂ ਸਨ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਵ ਉਠਨੀ ਇਕਾਚੀ ਦੇ ਕਾਰਨ ਇਹ ਫੈਸਲਾ ਲਿਆ ਗਿਆ ਕਿਉਂਕਿ ਸਿਆਸੀ ਮਾਹਿਰਾਂ ਅਨੁਸਾਰ 23 ਨਵੰਬਰ ਵਾਲੇ ਦਿਨ VOTING ਘੱਟ ਹੋਣ ਦੀ ਸੰਭਾਵਨਾ ਸੀ ਸੰਸਦ ਮੈਂਬਰ ਪੀਪੀ ਚੌਧਰੀ ਨੇ ਵੀ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ VOTING ਦੀ ਤਾਰੀਖ ਨੂੰ ਬਦਲਣ ਦੀ ਮੰਗ ਕੀਤੀ ਸੀ ਚੋਣ ਕਮਿਸ਼ਨ ਨੇ ਸਿਰਫ VOTING ਦੀ ਇੱਕ ਬਦਲੀ ਹੈ ਜਦਕਿ ਨਾਮਜ਼ਦਗੀ ਕਾਗਜ਼ ਦਾਖਲ ਕਰਨ ਅਤੇ ਵਾਪਸ ਲੈਣ ਦੀ ਤਰੀਕ ਪਹਿਲਾਂ ਵਾਲੀ ਹੀ ਰੱਖੀ ਗਈ ਹੈ। ਰਾਜਸਥਾਨ ਵਿੱਚ ਰਾਜਨੀਤਿਕ ਦਲਾਂ ਨੂੰ ਇਸ ਵਾਰ ਚੋਣ ਪ੍ਰਚਾਰ ਲਈ 40-47 ਦਿਨ ਦਾ ਸਮਾਂ ਮਿਲਿਆ ਹੈ ਜਦਕਿ 2018 ਵਿੱਚ ਹੋਈ VOTING ਦੌਰਾਨ ਰਾਜਸਥਾਨ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਚੋਣ ਪ੍ਰਚਾਰ ਲਈ 60 ਦਿਨਾਂ ਦਾ ਸਮਾਂ ਮਿਲਿਆ ਸੀ। ਇਜ਼ਰਾਈਲ ਅਤੇ ਦੈਸ਼ਤੀ ਸੰਗਠਨ ਹਮਾਸ ਵਿਚਾਲੇ ਜੰਗ ਦਾ ਅੱਜ ਪੰਜਵਾਂ ਦਿਨ ਹੈ ਮੰਗਲਵਾਰ ਰਾਤ ਸਮੇਂ ਇਜ਼ਰਾਈਲ ਨੇ ਗਾਜ਼ਾ ਵਿੱਚ ਹਮਾਸ ਦੇ 200 ਟਿਕਾਣਿਆਂ ਤੇ ਹਮਲੇ ਕੀਤੇ ਇਜ਼ਰਾਈਲ ਅਤੇ ਹਮਾਸ ਦੀ ਜੰਗ ਵਿੱਚ ਹੁਣ ਤੱਕ 2100 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਇਹਨਾਂ ਵਿੱਚ 1200 ਦੇ ਕਰੀਬ ਇਜ਼ਰਾਈਲੀ ਹਨ ਇਸੇ ਦੌਰਾਨ ਹੁਣ ਤੱਕ 900 ਦੇ ਕਰੀਬ ਫਲਸਤੀਨੀਆ ਦੀ ਜਾਨ ਵੀ ਜਾ ਚੁੱਕੀ ਹੈ ਇਸਦਣ ਅਮਰੀਕਾ ਦਾ ਪਹਿਲਾ ਟਰਾਂਸਪੋਰਟ ਜਹਾਜ਼ ਗੋਲਾ ਬਾਰੂਦ ਲੈ ਕੇ ਇਜ਼ਰਾਈਲ ਦੇ ਨੇਵਾਤੀਸ 에ਅਰ ਬੇਸ ਤੇ ਪਹੁੰਚ ਗਿਆ ਦੂਜੇ ਪਾਸੇ ਰੂਸੀ ਰਾਸ਼ਟਰਪਤੀ ਬੁਲਾਦਿਮਿਰ ਪੁਤਿਨ ਨੇ ਪਹਿਲੀ ਵਾਰ ਜੰਗ ਨੂੰ ਲੈ ਕੇ ਬਿਆਨ ਦਿੱਤਾ ਹੈ ਉਨਾ ਕਿਹਾ ਕਿ ਇਹ ਯੂਐਮਏਰੀਕੀ ਵਿਦੇਸ਼ ਨੀਤੀ ਦੀ ਅਸਫਲਤਾ ਹੈ ਤੇ ਅਮਰੀਕਾ ਫਲਸਤੀਨੀਆ ਦੇ ਹਿੱਤ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਇਸ ਦੇ ਚੱਲਦਿਆਂ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਯਾਹੁ ਕੋਹੋ ਯੁੱਧ ਦੇ ਹਾਲਾਤ ਸੰਬੰਧੀ ਜਾਣਕਾਰੀ ਹਾਸਲ ਕੀਤੀ ਹੈ ਧਿਆਨ ਰੱਖਿਓ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵਾਈਟ ਹਾਊਸ ਤੋਂ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਅਮਰੀਕਾ ਇਜ਼ਰਾਈਲ ਦੇ ਨਾਲ ਹੈ The United States stands with Israel We will not ever fail to have their back. We'll make sure that they have the help their citizens need and they can continue to defend themselves. You know, the world's seen appalling images. Thousands of rockets in a space of hours raining down on Israeli cities. Israel has the right to defend itself and its people. <laughs>